छोड़ दो मुझे। ਇਹ ਜਗੀਰ ਬਾਈ ਕਦੋਂ ਦੀ ਇਸਰੇ ਥੱਲੇ ਆਈ ਹੈ? ਤਕਰੀਬਨ 20 ਦਿਨ ਹੋ ਗਏ ਨੇ ਲਿਆਂਦੀ ਨੂੰ। ਤੇ ਚੱਚੇ ਘਰ ਦੀ ਨਹੀਂ ਹੈ? ਨਹੀਂ, ਇਹ ਮੁੱਲ ਲਿਆਂਦੀ ਹੈ। ਲਿਆਂਦੀ ਵੀ ਬੜੇ ਦੂਰੋਂ ਹੈ ਤੇ ਬੜੇ ਰੁਪਈਏ ਭਰ ਕੇ ਲਿਆਂਦੀ ਹੈ। ਉਦੋਂ ਗਾਂ ਮੋਟੀ ਤਾਜ਼ੀ, ਗਾਂ ਕੋ 13-14 ਕਿਲੋ ਦੁੱਧ ਦੇਗਾ ਸੀ। ਹੁਣ ਗਾਂ ਕੋ ਸਿਰਫ 2 ਕਿਲੋ ਦੁੱਧ ਸਵੇਰੇ ਅਤੇ 2 ਕਿਲੋ ਸ਼ਾਮੀ ਰਹਿ ਗਿਆ। ਅਤੇ ਸਟੋਰ ਤੋਂ ਟੀਕੇ ਟੂਕੇ ਤੁਹਾਡੇ ਚਾਰਾ ਵਗੈਰਾ ਕਿੰਨਾ ਖਾਂਦੀ? ਚਾਰਾ ਤਾਂ ਸਹੀ ਖਾਂਦੀ ਹੈ, ਚਾਰੇ ਨੂੰ ਤਾਂ ਕੋਈ ਨਹੀਂ ਏਡਾ ਫਰਕ ਹੈ। ਸਾਰੀ ਦਿਹਾੜੀ ਖਾਂਦੀ ਰਹਿੰਦੀ, ਪਿਛਾਂ ਨਹੀਂ ਹਟਦੀ। ਜਿੰਨਾ ਕੁ ਉਹਦਾ ਮੇਧਾ ਕੰਮ ਕਰਦਾ ਵੰਡਾ ਖੁਰਾਕ ਲੱਗਦੀ ਨਹੀਂ। ਹਾਂ, ਖੁਰਾਕ ਫਿਰ ਲੱਗਦੀ ਨਹੀਂ। ਵੰਡਾ ਵੀ ਬੜਾ ਖਾਂਦੀ, ਵੰਡ ਪੱਠੇ ਵੀ ਪੂਰੇ ਗਾਵਾਂ ਦੇ ਨਾਲ ਪੂਰੇ ਟਾਪ ਦੇ ਖਾਂਦੀ ਹੈ। ਇਹ ਨਹੀਂ ਵੀ ਨਹੀਂ ਖਾਂਦੀ, ਪੂਰੇ ਪੱਠੇ ਖਾਂਦੀ ਹੈ। ਪਰ ਪਤਾ ਨਹੀਂ ਕੀ ਗੱਲ ਹੈ, ਥੱਲੋਂ ਦੁੱਧ ਵੀ ਸਿਰਫ 2 ਕਿਲੋ ਸਵੇਰੇ 2 ਕਿਲੋ ਸ਼ਾਮੀ ਰਹਿ ਗਿਆ। ਉਂਝ ਵੀ ਉੱਤੋਂ ਵੀ ਗਾਂ ਸੁੱਕ ਗਈ ਹੈ। ਉਹ ਬੱਚਾ ਉਹਨੂੰ ਘੁੱਟ ਦੁੱਧ ਦਾ ਵਾਅਦਾ ਛੱਡ ਦਿੱਤੀ ਹੈ। ਹੈਂ, ਉਹ ਬੱਚਾ ਹੈਗਾ ਉਹਨੂੰ ਘੁੱਟ ਦੁੱਧ ਦਾ ਵਾਅਦਾ ਛੱਡ ਦਈ ਹੈ, ਉਹ ਗਾਂ ਲਾ ਦਿੰਦਾ। ਇਹਨਾਂ ਦੁੱਧ ਨੂੰ ਮਾਫਕ ਨਹੀਂ ਆਉਂਦਾ, ਮਾਫਕ ਨਹੀਂ ਆਉਂਦਾ। ਠੀਕ ਹੋ ਗਈ, ਪੇਟ ਦੇ ਕੀੜੇ ਦੀ ਕੋਈ ਮੈਡੀਸਨ ਬੁਲਾਈ, ਕੋਈ ਦਵਾਈ ਵਗੈਰਾ? ਕੋਈ ਬੜੀ ਬਣਦੀ ਹੈ ਤਾਂ ਫਿਰ ਮੈਂ ਕਿਹਾ ਹੋਰ ਕੋਈ ਕੀੜੇ ਦੀ ਦਵਾਈ ਮਾਰਨੀ।